ਜੇਠ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੇਠ ਦੀ ਸੰਗਰਾਂਦ ਦਾ ਦਿਹਾੜਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਸ੍ਰੀ ਮੰਜੀ ਸਾਹਿਬ ਵਿਖੇ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ। ਇਹ ਜੋ ਜੇਠ ਦਾ ਮਹੀਨਾ ਹੈ, ਇਸ ਵਿੱਚ ਆਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੇਠ ਸੁਦੀ ਚੌਥ 1663 ਬਿਕਰਮੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਸੋਰਠ ਮਹੱਲਾ ਪੰਜਵਾਂ ਅੰਗ 628 ਨੂੰ ਅਖੰਡ ਰੱਖਣ ਵਾਸਤੇ ਤੇ ਦਿੱਲੀ ਵਾਲੀ ਸੰਗਤ ਦੀ ਬੇਨਤੀ ਦਾ ਸਤਿਕਾਰ ਕਰਦਿਆਂ ਅਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕਰਕੇ ਸ਼ਹੀਦਾਂ ਦੇ ਸਿਰਤਾਜ ਬਨਣਾ ਕੀਤਾ। ਇਸੇ ਜੇਠ ਦੇ ਮਹੀਨੇ ਵਿੱਚ ਸੰਮਤ 1762 ਬਿਕਰਮੀ ਨੂੰ ਸ੍ਰੀ ਅੰਮ੍ਰਿਤਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਈ ਮਹਾਂ ਸਿੰਘ ਨੇ ਸਮੇਤ ਸਿੰਘਾਂ ਦੇ ਸ਼ਹੀਦੀ ਪ੍ਰਾਪਤ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਟੁੱਟੀ ਗੰਢਾਈ ਸੀ। ਇਸ ਲਈ ਇਹ ਮਹੀਨਾ ਸਿੱਖ ਸੰਗਤ ਵਾਸਤੇ ਬੜੀ ਮਹਾਨਤਾ ਵਾਲਾ ਹੈ। ਸੰਗਤਾਂ ਨੇ ਪੰਚਮ ਪਾਤਸ਼ਾਹ ਜੀ ਪਾਸ ਬੇਨਤੀ ਕੀਤੀ, ਹੇ ਮਹਾਰਾਜ ਜੀ, ਇਸ ਸੰਸਾਰ ਵਿੱਚ ਆਪਣੇ ਭਲੇ ਤੇ ਸੁੱਖ ਲਈ ਅਤੇ ਜੀਵਨ ਦੀ ਸਫਲਤਾ ਵਾਸਤੇ ਕੋਈ ਕਿਸੇ ਨਾਲ ਜੁੜਦਾ ਹੈ, ਕੋਈ ਕਿਸੇ ਨਾਲ ਜੁੜਦਾ ਹੈ, ਸਾਨੂੰ ਕਿਸ ਨਾਲ ਜੁੜਨਾ ਚਾਹੀਦਾ ਹੈ? ਤਾਂ ਸਤਿਗੁਰੂ ਜੀ ਫਰਮਾਉਂਦੇ ਹਨ, ਹੇ ਗੁਰਸਿੱਖੋ, ਜੇ ਆਪਣੇ ਸਰਬ ਕਾਰਜਾਂ ਦੀ ਸਿੱਧੀ ਕਰਨਾ ਚਾਹੁੰਦੇ ਹੋ ਤਾਂ ਉਸ ਸਰਬ ਸ਼ਕਤੀਵਾਨ ਪਰਮੇਸ਼ਰ ਨਾਲ ਜੁੜਨਾ ਕਰੋ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਜੇਠ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ, ਹਰੀ ਅਕਾਲ ਪੁਰਖ ਅੰਤਰਜਾਮੀ ਨਾਲ ਜੁੜਨਾ ਲੋੜੀ ਹੈ, ਚਾਹੀਦਾ ਹੈ, ਜਿਸ ਪਰਮੇਸ਼ਰ ਅੱਗੇ ਸਭ ਤਾਕਤਾਂ ਵਾਲੇ ਨਿਉਂਦੇ ਹਨ। ਇਸ ਮਹੀਨੇ ਵਿੱਚ ਤਰ ਤੀਬਰ ਤਰ ਤਮ ਵੈਰਾਗ ਸਹਿਤ ਹੋ ਕੇ ਪਰਮੇਸ਼ਰ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਹਰ ਸਿਓ ਜੁਰੈ ਤਾਂ ਸਭ ਕੋ ਮੀਤ, ਹਰ ਸਿਓ ਜੁਰੈ ਤਾਂ ਨਿਹਚਲ ਚੀਤ, ਹਰ ਸਿਓ ਜੁਰੈ ਨਾ ਵਿਆਪੈ ਕਾੜਾ, ਹਰ ਸਿਓ ਜੁਰੈ ਤਾਂ ਹੋਏ ਨਿਸਤਾਰਾ। ਰੇ ਮਨ ਮੇਰੇ ਤੂੰ ਹਰ ਸਿਓ ਜੋਰ, ਕਾਜ ਤੁਹਾਰੈ ਨਾ ਹੀ ਹੋਰ ਰਹਾਉ। ਗੌੜੀ ਮਹੱਲਾ ਪੰਜਵਾ ਅੰਗ 238 ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੇ ਸੁਆਈ, ਹਮਾਰਾ ਧੜਾ ਹਰ ਰਹਿਆ ਸਮਾਈ। ਆਸਾ ਮਹੱਲਾ ਚੌਥਾ ਅੰਗ 366 ਧਰੂ ਭਗਤ ਜੁੜਿਆ ਤਾਂ ਇੱਥੋਂ ਦਾ ਰਾਜ ਅਤੇ ਅਟਲ ਪਦਵੀ ਦੀ ਵੀ ਪ੍ਰਾਪਤੀ ਹੋਈ। ਹੋਰ ਵੀ ਬੇਅੰਤ ਸੰਤਾਂ ਭਗਤਾਂ ਗੁਰਸਿੱਖਾਂ ਦੀਆਂ ਸਾਖੀਆਂ ਹਨ, ਜਿਨ੍ਹਾਂ ਨੇ ਕੇਵਲ ਪਰਮਾਤਮਾ ਨਾਲ ਆਪਣੇ ਮਨ ਨੂੰ ਜੋੜ ਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਉਹ ਪਰਮੇਸ਼ਰ ਸਰਬ ਕਲਾ ਸਮਰੱਥ ਹੈ, ਉਸ ਦੀ ਸਮਰੱਥਾ ਦਾ ਅੰਤ ਨਹੀਂ। ਜੇ ਚਾਹੇ ਤਾਂ ਨੀਕੀ ਕੀਰੀ ਮਹਿਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ।
ਗੌੜੀ ਸੁਖਮਨੀ ਮਹੱਲਾ ਪੰਜਵਾਂ ਅੰਗ 285 ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆਹ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਅੰਗ 144 ਜਿਸ ਦੀ ਸ਼ਕਤੀ ਕਰਕੇ ਫੌਜਾਂ ਦੀ ਧਨ ਦੀ ਵਿਭੂਤੀ ਦੀ ਤਾਕਤ ਵਾਲੇ ਜਿਸਮਾਨੀ ਵਿਦਿਆ ਬੁੱਧੀ ਕਥਨੀ ਦੇ ਬਲ ਵਾਲੇ ਸਿੱਧੀਆਂ ਦੇ ਬਲ ਵਾਲੇ ਸਿੱਧ ਫਕੀਰ ਸੰਤ ਭਗਤ ਸਾਰੇ ਜਿਸ ਪ੍ਰਭੂ ਅੱਗੇ ਨਿਉਂਦੇ ਹਨ ਉਸ ਨਾਲ ਹੀ ਜੁੜਨਾ ਚਾਹੀਦਾ ਹੈ। ਹਰ ਸੱਜਣ ਦਾਵਣ ਲੱਗਿਆਂ ਕਿਸੈ ਨਾ ਦੇਈ ਬੰਨ ਹਰੀ ਸੱਜਣ ਦੇ ਨਾਮ ਰੂਪ ਸ਼ਰਨ ਰੂਪ ਦਾਵਣ ਪੱਲੇ ਨਾਲ ਜਿਹੜਾ ਜੀਵ ਲੱਗਾ ਹੈ ਉਸ ਨੂੰ ਫਿਰ ਕਿਸੇ ਪ੍ਰਕਾਰ ਦਾ ਬੰਨ ਬੰਧਨ ਉਹ ਹਰੀ ਨਹੀਂ ਪੈਣ ਦਿੰਦਾ। ਜਿਵੇਂ ਸ਼ੇਰ ਦੀ ਸ਼ਰਨ ਪਿਆ ਗਿੱਦੜ ਬਘਿਆੜ ਆਦਿਕ ਪੋਹ ਨਹੀਂ ਸਕਦੇ ਕਿਉਂਕਿ ਜੋ ਸਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ ਬਿਹਾਗੜਾ ਮਹੱਲਾ ਪੰਜਵਾਂ ਅੰਗ 544। ਜਿਵੇਂ ਪਹਿਲੇ ਪਾਤਸ਼ਾਹ ਨੇ ਬਾਬਰ ਦੇ ਬੰਦੀ ਖਾਨੇ ਚੋਂ ਬੰਦੀ ਜਨ ਛੁਡਾਏ ਸਨ ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਜਹਾਂਗੀਰ ਬਾਦਸ਼ਾਹ ਦੀ ਕੈਦ ਤੋਂ ਮੁਕਤ ਕਰਾਇਆ ਸੀ। ਜਿਵੇਂ ਦਸਵੇਂ ਪਾਤਸ਼ਾਹ ਨੇ ਪੂਨੇ ਸਤਾਰੇ ਦੀ ਜੇਲ ਵਿੱਚੋਂ ਬਾਲਾ ਰਾਓ ਤੇ ਰੁਸਤਮ ਰਾਓ ਛੁਡਾਏ ਸਨ ਅਤੇ ਔਰੰਗਜ਼ੇਬ ਦੇ ਕੈਦ ਕੀਤੇ ਹੋਏ ਕੈਦੀ ਬਹਾਦਰ ਸ਼ਾਹ ਨੂੰ ਕਹਿ ਕੇ ਛੁਡਾਏ ਸਨ। ਇਸ ਪ੍ਰਕਾਰ ਜਿਸਨੇ ਉਸਦੀ ਸ਼ਰਨ ਲਈ ਹੈ ਉਸਦੇ ਸਾਰੇ ਬੰਧਨ ਟੁੱਟ ਜਾਂਦੇ ਹਨ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾ ਹੀ ਸਨ। ਜਿਸ ਪੁਰਸ਼ ਨੇ ਮਾਣਕ ਤੇ ਮੋਤੀਆਂ ਦੀ ਨਿਆਈ ਅਮੋਲਕ ਪ੍ਰਭੂ ਦੇ ਨਾਮ ਨੂੰ ਲੀਤਾ ਹੈ ਅਥਵਾ ਜਿਸਨੇ ਮਾਣਕ ਸਰਵਣ ਮੰਨਣ ਨਿਧਿਆਸਨ ਮੋਤੀ ਸੁਧਤਾ ਹੀਰਾ ਪ੍ਰਭੂ ਦਾ ਨਾਮ ਇਤਿਆਦਿਕ ਸ਼ੁਭ ਗੁਣਾਂ ਨੂੰ ਲੀਤਾ ਹੈ ਉਸ ਨੂੰ ਫਿਰ ਸੰਨ ਨਹੀਂ ਲੱਗਦੀ। ਅਰਥਾਤ ਕਾਮ ਆਦਿਕ ਚੋਰ ਵਾ ਜਮਦੂਤਾਂ ਰੂਪ ਚੋਰ ਲੁੱਟ ਨਹੀਂ ਸਕਦੇ। ਹੋਰ ਬਾਦਸ਼ਾਹਾਂ ਦਾ ਧਨ ਬੈਂਕ ਆਦਿਕ ਤਾਂ ਲੁੱਟੇ ਜਾਂਦੇ ਹਨ ਪਰ ਹਰ ਧਨ ਕੋ ਉਚੱਕਾ ਨੀੜ ਨਾ ਆਵਈ ਜਮ ਜਾ ਗਾਤੀ ਡੰਡ ਨਾ ਲਗਾਈ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨ ਜਾਈ। ਸੂਹੀ ਮਹੱਲਾ ਚੌਥਾ ਅੰਗ 734 ਰੰਗ ਸਭੇ ਨਾਰਾਇਣ ਹੈ ਜੇਤੇ ਮਨ ਭਾਵਨ। ਜਿਤਨੇ ਕੋ ਮਨ ਵਿੱਚ ਪਾਉਂਦੇ ਹਨ ਇਹ ਸਭ ਨਾਰਾਇਣੀ ਰੰਗ ਅਰਥਾਤ ਪਰਮੇਸ਼ਰ ਦੇ ਹਨ ਅਥਵਾ ਨਾਰਾਇਣ ਦੇ ਸਿਮਰਨ ਵਿੱਚ ਹੀ ਸਾਰੇ ਰੰਗ ਆਨੰਦ ਹਨ। ਜਿਤਨੇ ਵੀ ਮਨ ਵਿੱਚ ਪਾਉਂਦੇ ਹਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਹਰੀ ਜੋ ਜੋ ਵੀ ਕਰਨ ਕਰਾਇਆ ਲੋੜੇ ਚਾਹੁੰਦਾ ਹੈ ਸਾਰੇ ਜੀਵ ਉਹੀ ਉਹੀ ਕਰਤੱਬ ਕਰਦੇ ਹਨ ਅਥਵਾ ਹਰੀ ਜੋ ਲੋੜੈ ਚਾਹੁੰਦਾ ਹੈ ਵਰਤਮਾਨ ਸਮੇਂ ਵਿੱਚ ਜੀਵ ਉਸੇ ਅਨੁਸਾਰ ਕਰਦੇ ਹਨ ਅਤੇ ਭੂਤਕਾਲ ਵਿੱਚ ਵੀ ਸਾਰੇ ਜੀਵ ਉਸੇ ਅਨੁਸਾਰ ਕਰਨ ਕਰਦੇ ਸਨ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ ਜੋ ਮਨੁੱਖ ਪ੍ਰਭੂ ਨੇ ਆਪਣੀ ਤਰਫ ਕੀਤੇ ਹਨ ਅਥਵਾ ਆਪਣੇ ਦਾਸ ਬਣਾ ਲਏ ਹਨ ਉਹ ਧੰਨਤਾ ਯੋਗ ਕਥਨ ਕੀਤੇ ਜਾਂਦੇ ਹਨ ਜਥਾ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ
ਸਦਾ ਨਮਸਕਾਰ ਗੌੜੀ ਸੁਖਮਨੀ ਮਹੱਲਾ ਪੰਜਵਾਂ ਅੰਗ 294 ਅਤੇ 95 ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾਂ ਅੰਗ 532 ਹੋਰ ਭਾਵੇਂ ਕੋਈ ਚੱਕਰਵਰਤੀ ਰਾਜਾ ਵੀ ਕਿਉਂ ਨਾ ਹੋਵੇ ਉਹ ਧਨ ਕਹਿਣ ਦੇ ਯੋਗ ਨਹੀਂ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋ ਵੰਨ ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਆਪਣੇ ਯਤਨ ਕਰਨ ਨਾਲ ਆਪਣਾ ਲੀਤਾ ਜੇਕਰ ਰੱਬ ਮਿਲ ਸਕਦਾ ਹੋਵੇ ਤਾਂ ਵਿਛੜੇ ਹੋਏ ਜੀਵ ਵਾ ਉਸ ਤੋਂ ਵਿਛੜ ਕੇ ਕਿਉਂ ਰੋਵਨ ਜਥਾ ਤਾਪ ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਿਤ ਹੈ ਦਸਮ ਅੰਗ 19 ਜਿਹੰਗਤਾ ਅਤੇ ਕਾਮਨਾ ਸਹਿਤ ਸਾਧਨ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੋਵੇ ਤਾਂ ਜੀਵ ਵਿਛੜ ਕੇ ਕਿਉਂ ਰੋਣ ਜਥਾ ਕਬੀਰ ਰੈਨਾਇਰ ਬਿਛੋਰਿਆ ਰਹੋ ਰਿਸੰਖ ਮਜੂਰ ਦੇਵਲ ਦੇਵਲ ਧਾੜੀ ਦੇਸਹਿ ਉਗਵਤ ਸੂਰ ਸਲੋਕ ਕਬੀਰ ਜੀ ਅੰਗ 1371 ਜੀਵ ਰੂਪ ਸੰਖ ਕਾਲ ਰੂਪ ਦਿਨ ਚੜ੍ਹਨ ਤੋਂ ਪਰਮੇਸ਼ਰ ਰੂਪ ਸਮੁੰਦਰ ਵਿੱਚੋਂ ਵਿਛੜ ਕੇ ਦੇਵਲ ਸਰੀਰਾਂ ਰੂਪ ਮੰਦਰਾਂ ਵਿੱਚ ਧਾਹਾਂ ਮਾਰ ਕੇ ਰੋਵੇਗਾ ਭਾਵ 84 ਦੇ ਗੇੜੇ ਵਿੱਚ ਭੌਂਦਾ ਹੋਇਆ ਰੋਵੇਗਾ ਸੋ ਅਪਣੱਤ ਰੱਖਣ ਨਾਲ ਪਰਮੇਸ਼ਰ ਨਹੀਂ ਮਿਲਦਾ ਪ੍ਰਸ਼ਨ ਫਿਰ ਕਿਵੇਂ ਪ੍ਰਾਪਤੀ ਹੋਵੇਗੀ ਜੀ ਉੱਤਰ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਗੁਰੂ ਜੀ ਕਥਨ ਕਰਦੇ ਹਨ ਸਾਧੂਆਂ ਦੇ ਸੰਗ ਕਰਕੇ ਜਿਨ੍ਹਾਂ ਨੂੰ ਪ੍ਰਭੂ ਪ੍ਰਾਪਤ ਹੋਇਆ ਹੈ ਉਹ ਅਭੇਦਤਾ ਰੂਪ ਵਾ ਮੁਕਤ ਹੋਣ ਰੂਪ ਆਨੰਦ ਨੂੰ ਮਾਣਦੇ ਹਨ ਜਥਾ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਜੇਠ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਧਣੀ ਮਾਲਕ ਹਰੀ ਦੀ ਅਭੇਦਤਾ ਦਾ ਰੰਗੀਲਾ ਆਨੰਦ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਦੇ ਚੰਗੇ ਭਾਗ ਹਨ ਜਥਾ ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੈ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।